हाँ जी दोस्तों, इस वेले की सब तो बड़ी खबर है, हुणे हुणे भगवंत मान सरकार ने एक नवी पहल की है। पंजाब दे इना नौजवानों नू नौकरी देने का ऐलान किया है। दस दिया तुहानू सारी जानकारी इस वीडियो दे विच। तुसी वीडियो शुरू करन तो पहलां लाइक अते शेयर जरूर कर दिओ ते साडे नाल जुड़न दे लई तुसी चैनल नू सबसक्राइब कर लिओ। तो दोस्तों, पंजाब नू नशा मुक्त करन दे लई भगवंत मान सरकार ने उपराले शुरू कर दिते ने। तो तुहानू दस दईए कि पंजाब हुनर विकास मिशन के वलों नौजवानों नू नशियां तों बचाउण अते उहनां दे बेहतर भविख दे लई नशा छडाऊ अते मुड़ सेवा केंद्रां विच विशेष हुनर सिखलाई प्रोग्राम शुरू किया गया, जिस दी शुरुआत मुड़ सेवा केंद्र फिरोजपुर तों कीती गई है। इस नवें प्रोग्राम के संबंधी PSDM मिशन डायरैक्टर दीप्ति उप्पल ने दस्सिया कि मिशन के वलों नशा छड्डण वाले पहले 30 नौजवानों नू पलंबर वजों सिखलाई देण दे लई 3 महीने का हुनर सिखलाई प्रोग्राम तैयार किया गया, ਤਾਂ ਜੋ ਉਹਨਾਂ ਨੂੰ ਰੋਜ਼ਗਾਰ ਦੇ ਕੇ ਕਾਬਲ ਬਣਾ ਕੇ ਸਮਾਜ ਲਈ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਜਾ ਸਕੇ। ਤੁਹਾਨੂੰ ਦੱਸੀਏ ਕਿ PSDM ਦੇ ਅਧਿਕਾਰੀਆਂ ਨੇ ਇਸ ਸੰਬੰਧ ਦੇ ਵਿੱਚ OOAT ਸੈਂਟਰ ਵਿਖੇ ਨੌਜਵਾਨਾਂ ਨਾਲ ਮੀਟਿੰਗ ਕੀਤੀ ਅਤੇ ਮੈਸਰਜ਼ ਲਾਰਡ ਗਨੇਸ਼ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਫਿਰੋਜ਼ਪੁਰ ਨੂੰ ਸਿਖਲਾਈ ਦਾ ਕੰਮ ਵੀ ਸੌਂਪਿਆ। ਸਾਰੇ 30 ਸਿੱਖਿਅਤ ਨੌਜਵਾਨਾਂ ਨੂੰ ਹੁਣ ਪਲੰਬਰ ਦੇ ਵਜੋਂ ਜ਼ਿਲ੍ਹੇ ਦੇ ਵਿੱਚ ਰੱਖਿਆ ਗਿਆ। ਉਹਨਾਂ ਵਿੱਚੋਂ ਕੁਝ ਨੂੰ ਨੌਕਰੀਆਂ ਵੀ ਮਿਲ ਗਈਆਂ ਨੇ, ਜਦੋਂ ਕਿ ਕੁਝ ਸਵੈ ਰੋਜ਼ਗਾਰ ਨੇ। ਤਾਂ ਦੋਸਤੋ, ਭਗਵੰਤ ਮਾਨ ਸਰਕਾਰ ਨੇ ਬਹੁਤ ਵਧੀਆ ਪਹਿਲਕਦਮੀ ਕੀਤੀ ਹੈ। ਜਿਹੜੇ ਨੌਜਵਾਨ ਨਸ਼ਾ ਗਲਤ ਆਦਤਾਂ ਛੱਡ ਕੇ ਸਮਾਜ ਦੇ ਵਿੱਚ ਵਧੀਆ ਰੁਤਬਾ ਰੱਖਣਾ ਚਾਹੁੰਦੇ ਨੇ, ਉਹਨਾਂ ਨੂੰ 3 ਮਹੀਨਿਆਂ ਦਾ ਸਿਖਲਾਈ ਪ੍ਰੋਗਰਾਮ ਦੇ ਤਹਿਤ ਪਹਿਲ ਦੇ ਆਧਾਰ 'ਤੇ ਨੌਕਰੀਆਂ ਦੇਣ ਦਾ ਵਾਅਦਾ ਕੀਤਾ, ਤਾਂ ਜੋ ਉਹ ਸਮਾਜ ਦੇ ਵਿੱਚ ਵਧੀਆ ਜੀਵਨ ਬਤੀਤ ਸਕਣ। ਤਾਂ ਦੋਸਤੋ, ਇਹ ਸੀ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ। ਜੇ ਜਾਣਕਾਰੀ ਵਧੀਆ ਲੱਗੀ ਹੈ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਸਾਡੇ ਨਾਲ ਜੁੜਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਧੰਨਵਾਦ।